16 ਸਾਲਾ ਕੁੜੀ ਦੀ ਪਹਿਲਾਂ ਬਣਾਈ ਫੇਕ ਆਈਡੀ, ਵਿਰੋਧ ਕਰਨ ਤੇ ਫਿਰ ਕੁੜੀ ਦੇ ਪਿਓ ਦੀ ਤੋੜ ਦਿੱਤੀ ਲੱਤ। ਸ਼ਰੇਆਮ ਨੌਜਵਾਨਾਂ ਨੇ ਘਰ 'ਚ ਵੜ ਕੇ ਕੀਤੀ ਗੁੰਡਾਗਰਦੀ। ਤਾਂ ਦੱਸ ਦੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਇੱਕ 16 ਸਾਲ ਦੀ ਲੜਕੀ ਦੀ ਫੇਕ ਆਈਡੀ ਬਣਾਈ ਗਈ, ਜਿਸ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ ਉਹਨਾਂ ਦੇ ਪਰਿਵਾਰ ਨੂੰ ਚੱਲਿਆ ਤਾਂ ਉਸਦੀ ਮਾਤਾ ਦੇ ਵੱਲੋਂ ਉਸ ਮੁੰਡੇ ਦੇ ਥੱਪੜ ਮਾਰੇ ਗਏ ਅਤੇ ਇਸ ਸੰਬੰਧੀ ਸ਼ਿਕਾਇਤ ਵੀ ਪੁਲਿਸ ਨੂੰ ਦਰਜ ਕਰਾਈ ਗਈ। ਪਰ ਫਿਰ ਇਸ ਮੁੰਡੇ ਨੇ ਆਪਣੇ ਨਾਲ ਦੋਸਤਾਂ ਦੇ ਨਾਲ ਮਿਲ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਕੁੜੀ ਦੇ ਪਿਓ ਦੀ ਲੱਤ ਤੋੜ ਦਿੱਤੀ ਅਤੇ ਕਿਹਾ ਕਿ ਅਸੀਂ ਬਣਾਈ ਹੈ ਫੇਕ ਆਈਡੀ, ਜਾਂ ਕਰ ਲਓ ਜੋ ਕਰਨਾ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ, ਜਿੱਥੇ ਕੁੜੀ ਦੀ ਫੇਕ ਆਈਡੀ ਬਣਾਉਣ ਵਾਲਿਆਂ ਨੇ ਉਸਦੇ ਪਰਿਵਾਰ 'ਤੇ ਹਮਲਾ ਕੀਤਾ ਅਤੇ ਪਿਓ ਦੀ ਲੱਤ ਤੋੜ ਦਿੱਤੀ। ਅਤੇ ਮਹਿਲਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਲੜਕੀ ਦੀ ਫੇਕ ਆਈਡੀ ਬਣਾਈ ਗਈ ਹੈ ਤਾਂ ਉਹਨਾਂ ਨੇ ਉਸ ਮੁੰਡੇ ਦੇ 2 ਥੱਪੜ ਮਾਰੇ ਸੀ, ਜਦਕਿ ਉਹਨਾਂ ਦੇ ਪਤੀ ਵੱਲੋਂ ਉਹਨਾਂ ਦੇ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ। ਪਰ ਇਹਨਾਂ ਦੇ ਵੱਲੋਂ ਫਿਰ ਉਸਦੇ ਪਤੀ 'ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਉਸਦੀ ਲੱਤ ਟੁੱਟ ਗਈ। ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਦੇ ਪਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਉਹਨਾਂ ਦੱਸਿਆ ਕਿ ਇਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਹ ਵਿਹਲੇ ਨੇ ਅਤੇ ਨਸ਼ਾ ਕਰਦੇ ਨੇ, ਤਾਂ ਸ਼ਰੇਆਮ ਗੁੰਡਾਗਰਦੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਰ, ਮੁੰਡਿਆਂ ਨੇ ਲੱਤ ਤੋੜੀ ਹੈ ਜੀ ਮੇਰੀ, ਨਾ 20 ਤਰੀਕ ਦੀ ਕੰਪਲੇਨ ਲਿਖਾਈ ਹੋਈ ਹੈ। ਐਕਚੁਅਲੀ ਮੇਰੀ ਬੇਟੀ 16 ਸਾਲ ਦੀ ਹੈ, ਉਹਦੀ ਕਿਸੇ ਨੇ ਫੇਕ ਆਈਡੀ ਬਣਾਈ ਸੀਗੀ ਅਤੇ ਸਾਨੂੰ ਮੁੰਡੇ ਦਾ ਪਤਾ ਵੀ ਲੱਗ ਗਿਆ ਸੀਗਾ। ਅਸੀਂ ਚਲੋ ਧੀਆਂ ਭੈਣਾਂ ਕਰਕੇ ਉਸ ਮੁੰਡੇ ਨੂੰ ਮਾਰ ਕੁੱਟ, 2 ਥੱਪੜ ਮੈਂ ਹੀ ਮਾਰੇ, ਹਸਬੈਂਡ ਨੇ ਤਾਂ ਕੁਛ ਵੀ ਨਹੀਂ ਕੀਤਾ। ਅਸੀਂ ਡਿਲੀਟ ਕਰਾ ਤੇ ਉਹ ਤਾਂ ਆਪਣੀ ਪ੍ਰੋਫਾਈਲ, ਕਿਉਂਕਿ ਆਈਡੀ ਉਹ ਮੁੰਡੇ ਕੋਲ ਹਾਲੇ ਵੀ ਚੱਲ ਰਹੀ ਹੈ। ਉਸ ਤੋਂ ਬਾਅਦ ਸਰ ਰਾਤ ਨੂੰ 8-10 ਮੁੰਡੇ ਮੇਰੇ ਘਰ ਆਏ ਜੀ, ਘਰ ਆ ਕੇ ਹੱਥੋਂ ਪਾਈ ਕਰਕੇ ਗਏ, ਹੱਥੋਂ ਪਾਈ ਕਰਕੇ ਗਏ, ਮੇਰੇ ਹਸਬੈਂਡ ਨੂੰ ਘਰ ਆ ਕੇ ਮਾਰ ਕੇ ਗਏ, ਨਾਲੇ ਕਹਿ ਕੇ ਗਏ ਕਿ ਅਸੀਂ ਆਈਡੀ ਬਣਾਈ ਹੈ ਤੇਰੀ ਧੀ ਦੀ, ਅਸੀਂ ਇੱਦਾਂ ਉਹ ਮੁੰਡੇ ਦੇ ਨਾਲ ਆ, ਜਾਂ ਕਰ ਲਾ ਜੋ। ਇੰਨੀਆਂ ਸਰ ਗੰਦੀਆਂ ਗਾਲਾਂ ਕੱਢ ਕੇ ਗਏ ਜੀ, ਬਹੁਤ ਜ਼ਿਆਦਾ ਗੰਦੀਆਂ ਗਾਲਾਂ। ਮੇਰੀ ਕੰਪਲੇਨ ਲਿਖਾਈ ਸਰ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਮੈਨੂੰ ਇਨਸਾਫ ਚਾਹੀਦਾ ਜੀ। ਮੁਹੱਲੇ ਦੀ ਗੱਲ ਹੈ ਸਰ, ਦਸ਼ਮੇਸ਼ ਨਗਰ MI ਜੀ ਫਲੈਟ ਦੀ ਜੀ। ਮੇਰੇ ਇੰਸਟਾ ਚਲਾਉਂਦੀ, ਉਹ ਵੀ ਮੇਰੇ ਫੋਨ ਤੇ ਚਲਾਉਂਦੀ, ਕੋਈ ਪਰਸਨਲ ਫੋਨ ਵੀ ਨਹੀਂ ਹੈਗਾ ਜੀ, ਤੇ ਇੰਸਟਾ ਦੀ ਉਹਦੇ ਕਾਰਨ ਕੀ ਹੈ, ਇਹਨਾਂ ਨੇ ਕਿਉਂ ਇਦਾਂ ਕੀਤਾ? ਸਰ ਇਹ ਤਾਂ ਰੱਬ ਜਾਣਦਾ ਜੀ, ਬਸ ਬਦਨਾਮ ਕਰਨ ਵਾਸਤੇ ਬੱਚੇ ਨੂੰ, ਕਿਉਂਕਿ ਪਹਿਲਾਂ ਕੰਪਲੇਂਟ ਦਿੱਤੀ ਸਰ। ਹਾਂਜੀ, ਮੇਰੀ ਕੰਪਲੇਂਟ ਲਿਖਾਈ ਦਾ UID ਨੰਬਰ ਸਰ, ਮੇਰਾ UID ਨੰਬਰ ਆ ਦੇਖੋ ਜੀ ਆਇਆ ਹੋਇਆ ਸਰ। CP ਸਰ ਦੇ ਮੈਂ 2 ਵਾਰੀ ਪੇਸ਼ ਹੋ ਗਈ ਹਾਂ ਜੀ, ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ। ਪੁਲਿਸ ਵਾਲਿਆਂ ਨੂੰ ਮੈਂ ਫੋਨ ਕਰ ਕਰਕੇ ਕਹਿ ਰਹੀ ਹਾਂ ਕਿ ਸਰ ਮੁੰਡੇ ਇੱਥੇ ਖੜ੍ਹੇ, ਮੁੰਡੇ ਉੱਥੇ ਖੜ੍ਹੇ ਨੇ, ਕੋਈ ਕਾਰਵਾਈ ਨਹੀਂ। ਲੱਤਾਂ ਤੋੜੀਆਂ ਅੱਜ ਤੋੜੀਆਂ ਨੇ ਸਰ? ਹਾਂਜੀ, ਕੰਮ ਤੋਂ ਆ ਰਹੇ ਸੀ ਜੀ। ਕੀ ਕੰਮ ਕਰਦੇ ਨੇ ਸਰ? ਸਪੇਅਰ ਪਾਰਟ ਦਾ ਕੰਮ ਕਰਦੇ ਨੇ ਜੀ। ਅੱਛਾ ਜੀ, ਨਹੀਂ ਆਪਣਾ ਕੰਮ ਹੈ ਕਿ ਜੋਬ ਕਰਦੇ? ਜੋਬ ਕਰਦੇ ਆ ਸਰ। ਤੇ ਅਜੇ ਵਾਪਸ ਆ ਰਹੇ ਸੀ ਤੇ ਕੀ ਸਰ? ਇੱਕਦਮ ਮੈਨੂੰ ਕਾਲ ਆਈ ਜੀ, ਮੈਨੂੰ ਕਿੰਨੇ ਦਿਨਾਂ ਤੋਂ ਡਰ ਸੀਗਾ ਸਰ। ਮੈਂ ਜਦੋਂ ਕੰਮ ਤੋਂ ਆਉਂਦੇ ਨੇ ਮੈਂ ਫੋਨ ਕਰਦੀ ਹਾਂ, ਕਿਉਂਕਿ ਮੈਨੂੰ ਉਹ ਮੁੰਡਿਆਂ ਦੇ ਬਾਰੇ ਪਤਾ ਹੈ ਜੀ। ਮੈਂ ਮਹੱਲੇਦਾਰੀ ਦੇ ਵਿੱਚ ਸਾਈਨ ਵੀ ਕਰਨ ਨੂੰ ਤਿਆਰ ਹੋ ਗਈ ਸੀ, ਪਰ ਫਿਰ ਮੈਨੂੰ ਪਤਾ ਸੀ ਵੀ ਇਹ ਗੱਲ ਹੋਊਗੀ। ਮੁੰਡੇ ਜਿਸ ਦਿਨ ਹਾਲੇ ਮੈਂ ਸਾਈਨ ਨਹੀਂ ਕੀਤੇ ਸੀ ਜੀ, ਮੰਦਰ ਦੇ ਬਾਹਰ ਜਿੰਨੇ ਮੈਂਬਰਾਂ ਦੇ ਸਾਹਮਣੇ ਮੈਂ ਸਾਈਨ ਕਰਨੇ ਸੀਗੇ, ਉਹਨਾਂ ਸਾਹਮਣੇ ਕਹਿ ਕੇ ਗਏ ਨਾ ਤਾਂ ਅਸੀਂ ਡਰਦੇ ਨਾ ਮੇਰੇ ਨਾਲ ਦੇ ਡਰਦੇ, ਹਾਲੇ ਮੈਂ ਕੋਈ ਸਾਈਨ ਨਹੀਂ ਕੀਤਾ ਸੀ ਕੁਛ ਨਹੀਂ। ਮੁੰਡੇ ਆ ਉਹ ਕੀ ਕੰਮ ਕਰਦੇ?
ਸਰ ਵਿਹਲੇ ਨੇ ਜੀ, ਨਸ਼ੇ ਕਰਦੇ ਨੇ। ਪਹਿਲਾਂ ਵੀ ਇਲਾਕੇ 'ਚ ਇੱਦਾਂ ਦੀ ਮਾਰਕੀਟ? ਸਰ ਬਹੁਤ ਕੁਛ ਕਰਦੇ ਨੇ ਜੀ, ਮਹੱਲੇ 'ਚ ਗੰਦ ਪਾਇਆ ਹੋਇਆ ਮੁੰਡਿਆਂ ਨੇ, ਇਹਨਾਂ ਨੂੰ ਪਿੱਛੇ ਸ਼ਹਿ ਹੈਗੀਆਂ ਨੇ ਇੱਕ ਦੋ ਬੰਦਿਆਂ ਦੀਆਂ, ਬਸ ਉਹਨਾਂ ਦੇ ਸਿਰ 'ਤੇ ਟੱਪਦੇ ਨੇ। ਬੰਦੇ ਨੇ ਜਿਹਨਾਂ ਦੀ ਸ਼ਹਿ ਹੈਗੀਆਂ ਨੇ ਜੀ, ਇੱਕ ਦੋ ਬੰਦੇ ਹੈਗੇ ਨੇ। ਨਾਮ? ਕਾਂਗਰਸੀ ਨੇ ਜੀ, ਨਾਮ ਕਾਂਗਰਸੀ ਬੰਦੇ ਨੇ ਜੀ। ਠੀਕ ਹੈ, ਅਤੇ ਉਹਨਾਂ ਦੀ ਸ਼ਹਿ ਵਾ? ਸਰ ਹੈਗੀ ਹੈ ਜੀ, ਸਰ ਤਾਂ ਹੀ ਸ਼ਹਿ 'ਤੇ ਹੀ ਟੱਪਦੇ ਨੇ ਜੀ। ਅੱਜ ਇਹਨਾਂ ਨੇ ਜਿਹੜਾ ਹਮਲਾ ਕੀਤਾ, ਮਾਰਿਆ ਕੀ ਹੈ ਉਹਨਾਂ ਦੇ? ਸਰ ਇਹ ਪਤਾ ਨਹੀਂ ਬੇਸਬਾਲ ਬੈਟ ਵਗੈਰਾ ਕੁਛ ਕਹਿ ਰਹੇ ਨੇ। ਤੇ ਹੁਣ ਡਾਕਟਰਾਂ ਨੇ ਕੀ ਦੱਸਿਆ? ਸਰ ਹਲੇ ਤਾਂ ਐਕਸਰੇ ਵਗੈਰਾ ਹੋਣਾ ਜੀ, ਰਾਤ ਦਾ ਟਾਈਮ ਆ, ਹਲੇ ਕੁਛ ਹੋਰ ਨਹੀਂ। ਕੀ ਨਾਮ ਆ ਉਹਨਾਂ ਦਾ? ਲਖਵਿੰਦਰ ਸਿੰਘ ਜੀ। ਤੇ ਬਾਕੀ ਹੁਣ ਪੁਲਿਸ ਨੂੰ ਜਾਣਕਾਰੀ ਦਿੱਤੀ ਆ? ਸਰ ਪੁਲਿਸ ਤਾਂ ਨਾਲ, ਹਾਂਜੀ ਹਾਂਜੀ, ਪੁਲਿਸ ਨੇ ਸਾਰੀ ਕਰਵਾਏ ਨੇ ਨਾਲ, ਪਰ ਸਰ ਇਹਨਾਂ ਨੇ ਕੁਛ ਨਹੀਂ ਕੀਤਾ ਜੀ। ਪੁਲਿਸ ਵਾਲੇ ਨੇ, ਮੈਨੂੰ ਇਨਸਾਫ਼ ਚਾਹੀਦਾ ਸਰ। ਸਰ ਮੁੰਡੇ ਕੀ ਨਾਮ ਹੈਗੇ ਆ? ਸਰ ਵਿੱਕੀ ਦੇਵਾ ਜੀ ਦਾ ਮੁੰਡਾ ਹੈ, ਵਰੁਣ ਹੈ ਇੱਕ ਵਿੱਕੀ, ਵਰੁਣ, ਗਰੀਸ਼ ਗੋਇਲ ਅਤੇ ਅਨਮੋਲ। ਚਾਰ ਪੰਜ ਨੇ? ਚਾਰ, ਇਹ ਮੇਨ ਚਾਰ ਪੰਜ ਨੇ ਜੀ। ਉਸ ਦਿਨ ਜਦੋਂ ਮੇਰੇ ਘਰ ਆਏ ਨੇ 8-10 ਮੁੰਡੇ ਆਏ। ਕਿੰਨੇ ਦਿਨ ਪਹਿਲਾਂ ਆਏ ਸੀ ਤੁਹਾਡੇ ਘਰ? ਸਰ ਮੇਰੇ ਘਰ 19 ਤਰੀਕ ਨੂੰ ਆਏ ਸੀ ਸਰ, ਮੈਂ 3 ਮੰਜ਼ਿਲ 'ਤੇ ਰਹਿੰਦੀ ਹਾਂ ਜੀ, 3 ਮੰਜ਼ਿਲ ਚੜ੍ਹ ਕੇ ਆਏ ਨੇ ਜੀ। ਤੇ ਤੁਹਾਨੂੰ ਕਦੋਂ ਪਤਾ ਚੱਲਿਆ ਵੀ ਫੇਕ ਆਈਡੀ ਬਣਾਈ? ਕਿਵੇਂ ਪਤਾ ਲੱਗਿਆ? ਸਰ ਸਾਨੂੰ ਨਹੀਂ ਪਤਾ ਲੱਗਿਆ, ਸਾਨੂੰ ਮੇਰੇ ਨਾ ਇਹਨਾਂ ਦੇ ਘਰਦਿਆਂ ਦੀ ਜੀਜਾ ਜੀ ਡੈਥ ਹੋਈ ਸੀ, ਅਸੀਂ ਉੱਥੇ ਗਏ ਸੀ, ਸਾਨੂੰ ਕਿਸੇ ਦਾ ਫੋਨ ਆਇਆ ਕਿ ਤੇਰੀ ਬੇਟੀ ਦੀ ਆਈਡੀ ਬਣੀ ਹੋਈ ਹੈ। ਉਸ ਮੁੰਡੇ ਨੇ, ਚਲੋ ਵਿਚਾਰੇ ਨੇ, ਲੱਭ ਵੀ ਲਿੱਤਾ। ਫੇਸਬੁੱਕ ਬਣਾਈ ਸੀ ਕਿ ਇੰਸਟਾ ਆਈਡੀ ਬਣਾਈ ਸੀ? ਫੇਸਬੁੱਕ ਆਈਡੀ ਬਣਾਈ ਸੀ ਭੋਜਪੁਰੀ ਨਾਮ 'ਤੇ। ਅਤੇ ਸਰ ਇਹਨਾਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ ਜੀ, ਫਿਰ ਇਹ ਮੁੰਡਿਆਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ। ਉਹਦੇ ਬਾਪ ਨੇ ਰਿਪੋਰਟ ਨਹੀਂ ਲਿਖਾਈ, ਉਹ ਮੁੰਡਾ ਆਪਣੇ ਬਾਪ ਨਾਲ ਲੜ ਕੇ ਭੱਜ ਗਿਆ, ਹੈ ਨਾ ਵੀ ਉਹ, ਚਲੋ ਹੁਣ ਅਗਲਿਆਂ ਦੀ ਉਹ ਸੀਗੀ, ਉਹਨਾਂ ਨੇ ਰਿਪੋਰਟ ਨਹੀਂ ਲਿਖਾਈ ਮੁਹੱਲੇ ਤੋਂ ਡਰਦਿਆਂ ਨੇ। ਕਿਉਂ? ਬੇਟੀ ਮੇਰੀ ਦੀ ਫੇਕ ਆਈਡੀ ਬਣਾਈ ਸੀ, 16 ਸਾਲ ਦੀ ਮੇਰੀ ਬੇਟੀ ਹੈਗੀ ਹੈ, ਅਸੀਂ ਫੇਕ ਆਈਡੀ ਬਣਾਈ ਸੀ, 20 ਤਰੀਕ 'ਤੇ ਅਸੀਂ ਰਿਪੋਰਟ ਲਿਖਾਈ ਹੋਈ ਹੈ, ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ। ਅਤੇ ਉਸ ਤੋਂ ਬਾਅਦ 2 ਵਾਰ CP ਦਫ਼ਤਰ ਗਏ ਆ, ਅੱਜ SHO ਨਾਲ ਗੱਲ ਹੋਈ, SHO ਕਹਿੰਦੇ ਵੀ ਅਸੀਂ ਤੁਹਾਡੇ ਵਾਸਤੇ, ਕਹਿੰਦਾ ਕੋਈ ਬੰਦੇ ਭੇਜ ਦੇ ਘਰ ਇਹ ਆਪਣੇ ਰਖਵਾਲੀ ਵਾਸਤੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਦਾਂ ਦੀ ਸਰ ਕੋਈ ਗੱਲ ਨਹੀਂ ਹੈਗੀ, ਪਰ ਮੈਂ ਕਿਹਾ ਮੇਰੀ ਦੁਕਾਨ ਦੇ ਕੋਲੋਂ ਰੋਜ਼ ਗੇੜੇ ਮਾਰਦੇ ਨੇ ਮੁੰਡੇ ਰਾਤ ਨੂੰ, ਅੱਜ ਮੈਂ ਕੰਮ ਤੋਂ ਆ ਰਿਹਾ ਸੀ ਘਰੇ, ਘਰ ਦੇ ਕੋਲ ਪਹੁੰਚ ਗਿਆ ਸੀ। ਕਿੰਨੇ ਬੰਦੇ ਸੀ? ਤਿੰਨ ਮੁੰਡੇ ਸੀਗੇ, ਵਿੱਕੀ, ਵਰੁਣ ਅਤੇ ਅਨਮੋਲ। ਉਹਨਾਂ ਨੇ ਮੇਰੇ ਬੈਸਬਾਲ ਮਾਰ ਕੇ ਮੇਰਾ ਲੱਤ ਤੋੜ ਗਏ ਜੀ। ਕਿਹੜਾ ਏਰੀਆ ਕਿਹੜਾ ਸੀ? ਦਸ਼ਮੇਸ਼ ਨਗਰ ਗਿੱਲ ਚੌਂਕ ਜੀ। ਨਹੀਂ ਵੀਰੇ, ਤਾਂ ਡਾਕਟਰ ਸਾਹਿਬ ਨੂੰ ਦੱਸਣਾ ਵੀ ਲੱਤ ਤੋੜੀ ਹੈ ਜਾਂ ਸਾਨੂੰ ਪਤਾ ਮੈਟਰ ਹੈ? ਹੈਂ, ਪੁਲਿਸ ਕੋਲ ਕੀ ਮੈਟਰ ਹੈ? ਕੰਪਲੇਂਟ ਤਾਂ ਪੁਲਿਸ ਕੋਈ ਹੈਗੀ? ਕੰਪਲੇਂਟ ਹੈਗੀ ਕੀ? ਕੋਈ ਹੈ ਮਾਮਲਾ ਕੀ? ਲੜਾਈ ਝਗੜੇ ਦਾ? ਅਤੇ ਉਹਦਾ ਆਰੋਪ ਹੈਗਾ ਕਿ ਮੇਰੀ ਕੁੜੀ ਦੀ ਕੋਈ ਫੇਕ ਆਈਡੀ ਬਣਾਈ ਹੋਈ ਹੈ, ਇੱਦਾਂ ਕਰਕੇ ਕੋਈ? ਨਹੀਂ ਵੀਰੇ, ਉਹਨਾਂ ਨੇ ਆਪਣੇ ਆਪ, ਉਹਨਾਂ ਕੁੜੀ ਦਾ ਜਿਹੜਾ ਹੈਗਾ ਨਾ, ਆਪਣੇ ਆਪ ਫੈਸਲਾ ਕਰ ਲੈਣੇ, ਉਹਦਾ ਕੋਈ ਨਹੀਂ, ਹਾਂ ਕੋਈ ਚੱਕਰ ਨਹੀਂ ਕੁੜੀ ਦਾ, ਪਰ ਇਹਨਾਂ ਦਾ ਮਹੱਲੇ ਨਾਲ ਹੈਗਾ ਜਿਹੜਾ ਲੜਾਈ ਝਗੜਦਾ। ਨਹੀਂ, ਹੁਣ ਲੱਤ ਕਿਹਨੇ ਤੋੜੀ ਉਹਦੀ? ਨਹੀਂ, ਇਹ ਦੱਸਣਗੇ, ਸਾਨੂੰ ਬਿਆਨ ਦੇਣਗੇ। ਬਿਆਨ ਦੇਣਗੇ? ਦੇਣਗੇ, ਹਾਂ, ਉਸੇ ਕਾਰਵਾਈ ਕਰਦੇ ਹਾਂ। ਉਹ ਕਹਿੰਦਾ ਆਪਾਂ ਪੁਲਿਸ ਨੂੰ ਇਸ ਤੋਂ ਪਹਿਲਾਂ ਵੀ 2-3 ਵਾਰ ਕੰਪਲੇਂਟਾਂ ਦੇ ਚੁੱਕੇ ਹਾਂ, ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਮੇਰੀ ਹਜੇ। ਮੇਰੇ ਅਸੀਂ ਤਾਂ ਰੋਜ਼ ਆਉਂਦੇ ਨੇ ਘਰੇ ਇਹਨਾਂ ਦੇ। ਰੋਜ਼ ਆਉਂਦੇ ਮਤਲਬ? ਰੋਜ਼, ਹਫ਼ਤੇ ਬਾਅਦ, 2-3 ਦਿਨ ਬਾਅਦ, ਕੱਲ੍ਹ ਵੀ ਆਏ, ਪਰਸੋਂ ਵੀ ਆਏ। ਕੀ ਕਰ? ਉਹਨਾਂ ਦੇ ਘਰੇ ਤਾਲੇ ਲੱਗੇ ਹੁੰਦੇ ਆ। ਕਿਹਨਾਂ ਦੇ ਘਰੇ ਤਾਲੇ ਲੱਗੇ ਹੁੰਦੇ? ਜਿਹਨਾਂ ਦੇ ਖਿਲਾਫ਼ ਕਰ ਰਿਹਾ, ਵਰੁਣ, ਵਿੱਕੀ। ਉਹਨਾਂ ਦੇ ਖਿਲਾਫ਼ ਮਤਲਬ ਤੁਹਾਡੇ ਕੋਲ ਕੰਪਲੇਂਟਾਂ ਪਹਿਲਾਂ ਆਈਆਂ ਹੋਈਆਂ? ਆਈਆਂ, ਆਈਆਂ, ਸਾਡੇ ਕੋਲ ਆਈਆਂ, ਅਸੀਂ ਝੂਠ ਨਹੀਂ ਮਾਰਦੇ, ਅਸੀਂ ਕਦ ਆਈਏ। ਅੱਛਾ, ਕਾਰਵਾਈ ਨਹੀਂ ਹੋਈ ਮਤਲਬ? ਕੋਈ ਕਾਰਵਾਈ ਬਾਈ ਜੀ, ਸਾਡੇ ਕੋਲ ਬਿਆਨ ਲਿਖਾਉਣਗੇ, ਫਿਰ ਕਾਰਵਾਈ ਕਰਾਂਗੇ। ਕੋਈ ਬਿਆਨ ਨਹੀਂ? ਫਿਰ ਤੁਸੀਂ ਉਹਨਾਂ ਦੇ ਘਰ ਕਿੱਦਾਂ ਜਾਂਦੇ ਜੇ ਬਿਆਨ ਨਹੀਂ ਲਿਖਾਏ ਤਾਂ? ਸਾਡੇ ਕੋਲ ਕੰਪਲੇਂਟ ਹੈ, ਕੰਪਲੇਂਟ ਆਈ ਸੀ ਤੁਹਾਡੇ ਕੋਲ? ਕੰਪਲੇਂਟ ਆਇਆ ਸਾਡੇ ਕੋਲ। ਠੀਕ ਠੀਕ ਹੈ। ਹਾਂਜੀ ਸਰ, ਜਿਹੜੀ ਅੱਜ ਕੁੱਟਮਾਰੇ ਅੱਜ ਹੋਈ ਆ ਇਸ ਬੰਦੇ ਨਾਲ? ਅੱਜ ਹੋਈ ਵੀਰ, ਅੱਜ ਹੋਈ ਹੈ। ਤੁਸੀਂ ਮਤਲਬ ਕਾਰਵਾਈ ਕਰੋਗੇ ਹੁਣ? ਬਿਲਕੁਲ ਕਰਾਂਗੇ ਬਈ, ਬਿਆਨ ਲਿਖਾਉਣਗੇ, ਕਾਰਵਾਈ ਕਰਾਂਗੇ। ਤੁਹਾਡਾ ਸ਼ੁਭ ਨਾਮ ਸਰ? ਇਹ ਅਸੀਂ ਹਰਚਰਨ ਸਿੰਘ।